ਬ੍ਰਿਟਨ ਦਾ ਆਗਾਜ਼ ਕਰਦੇ ਹਾਂ ਸਿਆਸਤ ਦੀਆਂ ਖਬਰਾਂ ਦੇ ਨਾਲ। ਦੇਸ਼ 'ਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀਆਂ ਵੱਲੋਂ ਉਮੀਦਵਾਰਾਂ ਨੂੰ ਟਿਕਟ ਦੇਣ ਦਾ ਸਿਲਸਿਲਾ ਜਾਰੀ ਹੈ। ਜੇਕਰ ਗੱਲ ਦਿੱਲੀ ਕਾਂਗਰਸ ਦੀ ਕੀਤੀ ਜਾਵੇ ਤਾਂ ਦਿੱਲੀ 'ਚ ਕਾਂਗਰਸ ਵੱਲੋਂ ਸਾਊਥ ਦਿੱਲੀ ਤੋਂ 1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦੇ ਭਰਾ ਰਮੇਸ਼ ਕੁਮਾਰ ਨੂੰ ਟਿਕਟ ਦੇਣ ਦੀ ਚਰਚਾ ਚੱਲ ਰਹੀ ਹੈ, ਜਿਸ 'ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਇਸ ਦਾ ਵਿਰੋਧ ਕੀਤਾ ਗਿਆ। ਉਹਨਾਂ ਰਾਹੁਲ ਗਾਂਧੀ ਤੇ ਤਿੱਖੇ ਤਾਂਜ ਕੱਸੇ ਨੇ। 1984 ਸਿੱਖ ਕਤਲੇਆਮ ਦੇ ਮਾਮਲੇ 'ਚ ਕਾਂਗਰਸ ਪਾਰਟੀ ਵੱਲੋਂ ਬੇਸ਼ੱਕ ਪਾਰਟੀ ਨੂੰ ਪਾਕ ਅਤੇ ਸਾਫ਼ ਦੱਸਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ, ਪਰ ਇੱਕ ਵਾਰ ਫਿਰ ਤੋਂ 84 ਦੇ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦੇ ਭਰਾ ਰਮੇਸ਼ ਕੁਮਾਰ ਨੂੰ ਕਾਂਗਰਸ ਪਾਰਟੀ ਵੱਲੋਂ ਟਿਕਟ ਦਿੱਤੇ ਜਾਣ ਦੀ ਖੂਬ ਚਰਚਾ ਹੈ ਅਤੇ ਇਹ ਟਿਕਟ ਕਾਂਗਰਸ ਵੱਲੋਂ ਸਾਊਥ ਦਿੱਲੀ ਤੋਂ ਦਿੱਤੇ ਜਾਣ ਦੇ ਕਿਆਸ ਲਗਾਏ ਜਾ ਰਹੇ ਨੇ, ਜਿਸ ਦਾ ਕਿ ਸਿੱਖ ਆਗੂਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ। ਇਸ ਦੇ ਚੱਲਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਵੀ ਪ੍ਰੈਸ ਕਾਨਫਰੰਸ ਕਰਕੇ ਵਿਰੋਧ ਕੀਤਾ ਗਿਆ ਅਤੇ ਕਾਂਗਰਸ ਸਰਕਾਰ ਨੂੰ ਉਹਨਾਂ ਨੇ ਤਿੱਖੇ ਸਵਾਲ ਪੁੱਛੇ ਨੇ। ਰਾਹੁਲ ਗਾਂਧੀ, ਸਾਨੂੰ ਵੀ ਇਨਸਾਫ਼ ਦਾ ਰੋਡ ਮੈਪ ਦਿਓ, ਸਾਨੂੰ ਵੀ ਖੁੱਲ੍ਹੀ ਚਿੱਠੀ ਲਿਖੋ, ਸਾਨੂੰ ਦੱਸੋ ਕਿ ਇਸ ਤਰੀਕੇ ਕਮਲਨਾਥ, ਸੱਜਣ ਕੁਮਾਰ, ਜਗਦੀਸ਼ ਟਾਈਟਲ ਵਰਗੇ ਕਾਤਲਾਂ ਨੂੰ ਕਦੋਂ ਸਜ਼ਾਵਾਂ ਹੋਣਗੀਆਂ। ਸਾਨੂੰ ਰੋਡ ਮੈਪ ਦਿਓ। 8000 ਲੋਕਾਂ ਦਾ ਕਤਲ ਕਰਨ ਵਾਲੇ ਲੋਕ ਜਿਹੜੇ ਬੁਖਾਰੋ 'ਚ, ਕਾਨਪੁਰ 'ਚ, ਹਰਿਆਣੇ 'ਚ, ਦਿੱਲੀ 'ਚ ਅੱਜ ਵੀ ਖੁੱਲ੍ਹਿਆਂ ਘੁੰਮ ਰਹੇ ਨੇ, ਇਹਨਾਂ ਨੂੰ ਸਜ਼ਾਵਾਂ ਦਿਵਾਉਣ ਵਾਸਤੇ ਤੁਹਾਡਾ ਕੀ ਰੋਡ ਮੈਪ ਆ? ਸਾਨੂੰ ਇਹ ਵੀ ਜਵਾਬ ਦਿਓ ਕਿ ਜਿਹੜਾ ਸੱਜਣ ਕੁਮਾਰ ਦੇਸ਼ ਦਾ ਸਭ ਤੋਂ ਵੱਡਾ ਸਿੱਖਾਂ ਦਾ ਕਾਤਿਲ ਆ, ਜਿਸ ਨੂੰ ਸਿੱਖਾਂ ਦਾ ਰਾਵਣ ਦੱਸਿਆ ਜਾਂਦਾ ਹੈ, ਉਸ ਦੇ ਭਰਾ ਨੂੰ ਤੁਸੀਂ ਇਨਾਮ ਵਜੋਂ ਜਿਹੜੀ ਰਮੇਸ਼ ਕੁਮਾਰ ਨੂੰ ਟਿਕਟ ਦੇਣ ਜਾ ਰਹੇ ਜੇ, ਕਿਆ ਇਹ ਸਾਡੇ ਲਈ ਇਨਸਾਫ਼ ਦਾ ਰੋਡ ਮੈਪ ਆ? ਅਗਰ ਰਾਹੁਲ ਗਾਂਧੀ ਨੇ ਰਮੇਸ਼ ਕੁਮਾਰ ਨੂੰ ਟਿਕਟ ਦੇਣ ਦੀ ਹਿੰਮਤ ਕੀਤੀ ਤਾਂ ਦੇਸ਼ ਦੇ ਅੰਦਰ ਅਸੀਂ ਦੁਬਾਰਾ ਤੋਂ ਇੱਕ ਐਸਾ ਮਾਹੌਲ ਬਣਾਵਾਂਗੇ। ਅੱਜ ਤੱਕ ਅਸੀਂ ਰਾਜਸੀ ਤੌਰ 'ਤੇ ਇਸ ਪਾਰਟੀ ਦਾ ਬਹਿਸ਼ਕਾਰ ਕੀਤਾ ਹੈ, ਅਸੀਂ ਰਾਹੁਲ ਗਾਂਧੀ ਨੂੰ ਆਗਾਹ ਕਰਨਾ ਚਾਹੁੰਦੇ ਹਾਂ। ਅਸੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦੇ ਹਾਂ, ਅਸੀਂ ਨਵਜੋਤ ਸਿੰਘ ਸਿੱਧੂ ਨੂੰ ਅਪੀਲ ਕਰਦੇ ਹਾਂ, ਸੁਖਵਿੰਦਰ ਰੰਧਾਵਾ ਨੂੰ ਅਪੀਲ ਕਰਦੇ ਹਾਂ, ਮਨਪ੍ਰੀਤ ਸਿੰਘ ਬਾਦਲ ਨੂੰ ਅਪੀਲ ਕਰਦੇ ਹਾਂ, ਸਾਡਾ ਸਾਥ ਦਿਓ, ਆਵਾਜ਼ ਨੂੰ ਬੁਲੰਦ ਕਰੋ, ਇਹਨਾਂ ਕਾਤਲਾਂ ਨੂੰ ਕਿਸੇ ਸੂਰਤ ਅੰਦਰ ਟਿਕਟ ਨਹੀਂ ਮਿਲਣੀ ਚਾਹੀਦੀ,